ਗੁਨਾਹਗਾਰ ਕੱਲਾ ਮੋਦੀ ਬਣਿਆ, ਕਾਨੂੰਨ ਸਾਰੇ ਵਜ਼ੀਰਾਂ ਨੇ, ਵਿੱਚ ਸਾਰੇ ਜ਼ਿਮੀਦਾਰ ਮਜ਼ਦੂਰ ਕਿਸਾਨ ਸਾਰੇ ਅੰਤਿਮ ਸੀ ਵਜ਼ੀਰ ਵੀ ਸੀ। ਮੇਰੀ ਕਹਿੰਦੇ ਮੈਨੂੰ ਸਾਰੀ ਸਾਰੀ ਸ਼੍ਰੇਣੀਆਂ ਦੇ ਵਜ਼ੀਰ ਵੀ ਸੀ, ਮਨਿਸਟਰ ਵੀ ਸੀ, ਐਮ ਪੀ ਵੀ ਸੀ, ਖੇਤਾਂ ਦੇ ਪਿੱਛ ਕਹਾਉਣ ਵਾਲੇ। ਹਾਂ ਠੀਕ ਹੈ, ਉਹ ਤੁਸੀਂ ਮੇਰੀ ਬੇਨਤੀ ਸੁਣ ਲਓ, ਹੁਣ ਮੇਰੀ ਬੇਨਤੀ ਸੁਣ ਲਓ। ਕਾਸ਼ ਉਹ ਉਦੋਂ ਵਿਰੋਧ ਕਰ ਦਿੰਦੇ ਤੇ ਅੱਜ ਮੋਦੀ ਖਲਨਾਇਕ ਨਾ ਬਣਦਾ। ਉਹਨਾਂ ਨੇ ਉਦੋਂ ਇਹ ਵੀ ਦਿੱਤੀ, ਕਹਿਣ ਲੱਗੇ ਮੋਦੀ ਸਾਹਿਬ ਅੱਜ ਤੁਸੀਂ ਕਿਸਾਨਾਂ ਦੀ ਲਾਟਰੀ ਕੱਢ ਦਿੱਤੀ ਆ। ਜਦੋਂ ਆਰਡੀਨੈਂਸ ਜਾਰੀ ਹੋਏ, ਕਾਨੂੰਨ ਪੜਿਆ ਗਿਆ, ਤੁਸੀਂ ਖਿਲਾਫ਼ ਹੋਏ, ਸਾਰਾ ਪੰਜਾਬ ਖਿਲਾਫ਼ ਹੋਇਆ, ਛਿੱਤਰ ਛਿੱਤਰ ਪੈਣ ਲੱਗੇ ਤੇ ਉਹ ਉਹਨਾਂ ਨੂੰ ਛੱਡ ਕੇ ਪਤਾ ਨੀ ਕਿੱਥੇ ਚਲੇ ਗਿਆ। ਯੂਪੀ ਚ ਵੀ, ਯੂਪੀ ਵਾਲਿਆਂ ਦੀ ਵੀ ਮੈਂ ਗੱਲ ਕਰੂੰ, ਬਿਹਾਰ ਵਾਲਿਆਂ ਦੀ, ਸਾਰੀ ਸਟੇਟ ਦੀ, ਵਿੱਚੋਂ ਪੰਜਾਬੀਆਂ ਦੀ ਗੱਲ ਕਰੂੰਗਾ, ਜਿਨ੍ਹਾਂ ਨੇ ਸਿਰਫ ਆਪਣੀ ਕੁਰਸੀ ਨਾਲ ਪਿਆਰ ਕੀਤਾ। ਜੇ ਤੁਹਾਡਾ ਭਰਾ ਕਿਸੇ ਵੀ ਕਮੇਟੀ ਦਾ ਮੈਂਬਰ ਹੁੰਦਾ, ਮੇਰਾ ਮੈਂ ਇਸ ਕਾਬਲ ਸੀ ਕਿ ਮੇਰਾ ਸਿਰ ਕਲਮ ਕਰ ਦਿੱਤਾ ਜਾਂਦਾ। ਅੱਗੇ ਤੋਂ ਜੇ ਮੈਂ ਤੁਹਾਡੇ ਹਰ ਸਵਾਲ ਦਾ, ਹਰ ਅੰਦੋਲਨ ਨੂੰ ਮੈਂ ਇੱਕ ਲਫ਼ਜ਼ ਮੇਰਾ ਕੱਢ ਦਿਓ, ਦੂਸਰਾ ਅੰਦੋਲਨ ਆ, ਕਦੀ ਮੈਂ ਖਿਲਾਫ਼ ਬੋਲਿਆ, ਅੱਜ ਹੀ ਮੇਰੀ ਜੀਵ ਕੱਟ ਦਿਓ। ਜੇ ਮੈਂ ਕਦੀ ਖਿਲਾਫ਼ ਹੀ ਨੀ ਚੱਲਿਆ ਤੇ ਹੁਣ ਮੇਰੇ ਤੇ ਯਕੀਨ ਕਰ ਲਓ। ਇੱਕ ਮੈਨੂੰ ਸ਼ੀਰਵਾਦ ਦੇ ਦਿਓ, ਸਾਰਾ ਦੁਨੀਆਂ ਸੁਣਦੀ ਆ, ਇਕੱਲਾ ਜੈਪੁਰ ਵੀ ਸੁਣਦਾ, ਨੈਟ ਦਾ ਜ਼ਮਾਨਾ ਹੈ, ਸਾਰੀ ਦੁਨੀਆਂ ਸੁਣਦੀ। ਐਸੇ ਚੁਰਾਹੇ ਚ ਆ ਜਾਊਗਾ, ਸਿਰ ਕਲਮ ਕਰ ਦਊਗਾ, ਜੇ ਮੈਂ ਤੁਹਾਡਾ ਵਕੀਲ ਨਾ ਬਣਿਆ ਤੁਹਾਡਾ। ਜੇ ਤੁਹਾਨੂੰ ਫੇਰ ਵੀ ਬਾਰਡਰਾਂ ਤੇ ਜਾਣਾ ਪਿਆ, ਉਸੇ ਦਿਨ ਹੀ ਮੈਂ ਰਜਾਈਨ ਵੀ ਕਰੂੰਗਾ, ਤੁਹਾਡੇ ਵਿੱਚ ਆ ਕੇ ਬੈਠੂਗਾ। ਯਕੀਨ ਕਰ ਲੋ, ਅਸੀਂ ਬਾਬਾ ਜੀਵਨ ਸਿੰਘ ਰਾਜਾਂ ਦੇ ਬਾਪੂ ਨੂੰ ਮੰਨਣ ਵਾਲੇ ਬੰਦੇ ਹਾਂ। ਅਸੀਂ ਤਾਂ ਤੁਹਾਡੇ ਵੀ ਸ਼ਹੀਦ ਹੋਵਾਂਗੇ, ਪਰ ਇੱਕ ਵਾਰੀ ਤੁਸੀਂ ਵੀ ਯਕੀਨ ਕਰੋ। ਅਸੀਂ ਉਹ ਲੋਕ ਹਾਂ ਜਿਹਨਾਂ ਨੂੰ ਪਿਆਰ ਹੈ ਗਰੇਟੇ ਗੁਰੂ ਦੇ ਬੇਟੇ, ਲਾਹਨੀ ਤਾਂ ਮੇਰੇ ਇਹ ਭਰਾਉਣ ਦੇ ਬਾਜਾਂ ਵਾਲੇ ਬਾਪੂ। ਮੈਂ ਹੀ ਕਹਿੰਦਾ ਸੀ ਕੇਸਗੜ੍ਹ ਗੁਰਦੁਆਰਾ ਸਾਹਮਣੇ ਖੜਾ ਹੋ ਕੇ ਪੰਥ ਖਾਲਸਾ ਸਜਾਉਣਾ, ਜਿਹੜੀ ਗਲਤੀ ਹੋਈ ਉਹ ਵੀ ਮੈਨੂੰ ਮਾਫ਼ੀ ਤਾਂ ਨਹੀਂ ਮੰਗਣੀ ਚਾਹੀਦੀ, ਪਰ ਉਹਨਾਂ ਦੇ ਇਤਿਹਾਸ ਤੋਂ ਮੈਂ ਮਾਫ਼ੀ ਮੰਗਦਾ। ਮੈਂ ਕਿਹਾ ਮੈਂ ਗੱਜਿਆ ਕਰੂੰਗਾ ਪਾਰਲੀਮੈਂਟ ਚ, ਇੱਕ ਵਾਰੀ ਯਕੀਨ ਕਰ ਲਓ।
ਮੈਂ ਜੋਧਾ ਕਦੀ ਹੋਇਆ ਹੀ ਨਹੀਂ ਸੀ, ਪਹਿਲਾਂ ਜਲੰਧਰ ਹਰ ਗਿਆ, ਮੈਂ ਹਰ ਗਿਆ, ਫਿਰ ਦਿੱਲੀਓ ਜਿੱਤਿਆ, ਜਦੋਂ ਵੀ ਮੈਂ ਪੰਜਾਬ ਆਇਆ ਮੈਨੂੰ ਸਜ਼ਾ ਹੀ ਮਿਲੀ ਆ। ਇੱਕ ਵਾਰੀ ਸ਼ਾਬਾਸ਼ ਦੇ ਦਿਓ ਕੈਪਟਨ ਨੂੰ, ਤੂੰ ਤਾਂ ਸਾਡਾ ਬੱਚਾ ਆ, ਬੈਰੀਕੇਡ ਪਟਾ ਦਿਓ, ਜਦੋਂ ਮੇਰੇ ਕੁਛ ਪੱਲੇ ਆ ਗਿਆ ਮਾੜੀ ਮੋਟੀ ਪਾਵਰ ਜੀ ਆ ਗਈ, ਫਿਰ ਮੈਂ ਤੁਹਾਡੇ ਕਦੀ ਖਿਲਾਫ਼ ਨੀ ਬੋਲਿਆ। ਮੈਂ ਕਾਬਰੀਟ ਚ ਕਿਹਾ ਸੀ ਸਾਨੂੰ ਪਹਿਲਾਂ ਪੁੱਛ ਲੈਂਦੇ, ਸਾਨੂੰ ਪਹਿਲਾਂ ਪੁੱਛਦੇ ਕਾਨੂੰਨ ਬਣਾਉਣ ਤੋਂ। ਉਹ ਗੋਲ ਗੋਲ ਦੀ ਗੱਲ ਕੱਟ ਕੇ ਤੁਹਾਨੂੰ ਸੁਣਾਈ ਜਾ ਰਹੀ ਅੱਗੋਂ ਤੋਂ ਪਿੱਛੋਂ, ਤੁਹਾਡਾ ਭਰਾਤਾ ਵੀ ਹੰਕਾਰ ਚ ਨੀ ਬੋਲਿਆ, ਤੁਹਾਡਾ ਬੱਚਾ ਆ। ਉਹ ਮੈਂ ਤੁਹਾਡਾ ਖਾ ਖਾ ਕੇ ਬੜਿਆ ਯਾਰ, ਮੈਂ ਤੁਹਾਡੇ ਨਾਲ ਗੱਦਾਰੀ ਕਰ ਸਕਦਾ, ਮੈਂ ਬਾਜਾ ਵਾਲੇ ਬਾਪੂ ਦਾ ਆਸ਼ਿਕ ਆ, ਅੱਜ ਇੰਨਾ ਮੈਂ ਕਰਦਾ, ਮੈਂ ਹੌਲੀ ਹੌਲੀ ਸਾਰੀ ਸਾਲਾਂ ਦਾ ਮੈਂ ਕਚਹਿਰੀ ਚ ਪੇਸ਼ ਹੋਇਆ ਕਰਾਂਗਾ। ਖਾਲਸਾ।